ਖੁਸ਼ੀ ਤੁਸੀਂ ਨਾ ਇੱਕ ਗੱਲ ਨੋਟ ਕੀਤੀ ਹੋਣੀ ਆ ਵੀ ਮਹੱਲੇ ਦੇ ਵਿੱਚ ਨਾ ਜਿਹੜੀ ਜਨਾਨੀ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਵੀ ਇਹ ਸਾਨੂੰ ਆ ਕੇ ਗੱਲਾਂ ਦੱਸਦੀ ਹੈ ਇਹ ਸਾਨੂੰ ਆ ਕੇ ਸਾਡੇ ਨਾਲ ਚੁਗਲੀਆਂ ਕਰਦੀ ਹੈ ਜਾਂ ਸਭ ਤੋਂ ਮਤਲਬ ਇਹ ਤਾਂ ਸਿਆਣੀਓ ਬਹੁਤ ਹੈ ਵੀ ਇਹ ਤਾਂ ਘਰ ਦੇ ਵਿੱਚ ਸਾਰਿਆਂ ਨੂੰ ਖੁਸ਼ ਬਹੁਤ ਰੱਖਦੀ ਹੈ ਇਹ ਤਾਂ ਸੋਹਣੇ ਸੋਹਣੇ ਕੱਪੜੇ ਪਾਉਂਦੀ ਹੈ ਇਹਦੇ ਤਾਂ ਘਰ ਵਾਲਾ ਬੜਾ ਖੁਸ਼ ਰੱਖਦਾ ਹੋਊਗਾ ਇਹਨੂੰ ਜਿਹਦੀ ਸਭ ਤੋਂ ਮਹੱਲੇ 'ਚ ਜ਼ਿਆਦਾ ਤਾਰੀਫ਼ ਹੁੰਦੀ ਹੈ ਨਾ ਘਰ ਦੇ ਵਿੱਚ ਉਹਦੇ ਬੇੜਾ ਗਰਕ ਹੁੰਦਾ ਬਿਲਕੁਲ ਕਿਉਂਕਿ ਤਾਂ ਧਿਆਨ ਹੀ ਬਾਹਰਲੇ ਪਾਸੇ ਹੁੰਦਾ ਉਹਨਾਂ ਆਪਣੇ ਘਰ ਦਾ ਪਤਾ ਨਹੀਂ ਹੁੰਦਾ ਮੇਰੇ ਘਰ 'ਚ ਕੀ ਬਣ ਰਿਹਾ ਕੀ ਉਦੇ ਘਰ ਚ ਕੀ ਹੋ ਰਿਹਾ ਤੀਜੇ ਦੇ ਘਰ ਚ ਕੀ ਹੋ ਰਿਹਾ ਮੈਂ ਫਟਾਫਟ ਉਹ ਸੁਣ ਕੇ ਨਾ ਦੂਜੇ ਨੂੰ ਦੱਸ ਆਵਾ ਇਹ ਚੀਜ਼ ਹੋ ਰਹੀ ਆ ਇਹ ਚੀਜ਼ਾਂ ਚੱਲਦੀਆਂ ਨੇ ਹਮ ਇਹੀ ਕੁਝ ਨਾ ਸਾਡੇ ਦੇਸ਼ ਚ ਵੀ ਹੋਈ ਜਾਂਦਾ ਹੁਣ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਮੈਂ ਜਮਾ ਨਹੀਂ ਕਿਹਾ ਵੀ ਪਹਿਲੀ ਵਾਲੀ ਗੱਲ ਜਿਹੜੀ ਅਸੀਂ ਕੀਤੀ ਉਧਰ ਲਿੰਕ ਕਰਦੀ ਆ ਨਾ ਸਾਡੇ ਸਾਰੇ ਪ੍ਰਧਾਨ ਮੰਤਰੀ ਸਾਹਿਬ ਨੇ ਨਾ ਹਾਂ ਉਹਨਾਂ ਨੂੰ ਅਵਾਰਡ ਦਿੱਤਾ ਗਿਆ ਮਤਲਬ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਮੰਨਿਆ ਗਿਆ ਸਰਵੇ ਹੋਇਆ ਸੀ ਇੱਕ ਕਹਿੰਦੇ ਪੂਰੀ ਦੁਨੀਆ ਦੇ ਵਿੱਚ ਹਰਮਨ ਪਿਆਰੇ ਨੇਤਾ ਬਣ ਗਏ ਨੇ ਤੇ ਜਿਹੜੇ ਦਿੱਲੀ ਐਨੇ ਬੈਠੇ ਨਹੀਂ ਉਹ ਨਹੀਂ ਦੇਖਦੇ ਇਹਨਾਂ ਨੂੰ ਨਹੀਂ ਹਰਮਨ ਪਿਆਰੇ ਨੇਤਾ ਬਣੇ ਨੇ ਲੋਕੀ ਪਸੰਦ ਬਹੁਤ ਕਰ ਰਹੇ ਨੇ ਉਹ ਬੈਠੇ ਨਹੀਂ ਤਾਂ ਵੀ ਪਸੰਦ ਕਰ ਰਹੇ ਨੇ ਤੁਹਾਨੂੰ 100 ਵਾਰ ਤਾਂ ਕਿਹਾ ਇਹਨਾਂ ਨੂੰ ਦਿਲ ਨਹੀਂ ਨਾ ਕਰਦਾ ਹੁਣ ਕੀ ਕਰੀਏ ਹੁਣ ਕਹਿੰਦੇ ਜਿਹੜਾ ਝੂਠਾ ਜਾ ਵੀ ਮੰਨ ਲਓ ਹੁਣ ਉਹ ਵੀ ਨਹੀਂ ਦਿਲ ਕਰਦਾ ਦੇਖੋ ਇਹ ਜਿਹੜਾ ਇਕੱਠ ਬੈਠਾ ਨਾ ਉਹ ਦੂਸਰੀ ਪਾਰਟੀਆਂ ਨੇ ਬਣਾਇਆ ਹੋਇਆ ਉਹ ਵਿਰੋਧੀ ਧਿਰਾਂ ਨੇ ਮੁਜ਼ਫਰਨਗਰ ਇਹਨਾਂ ਇਕੱਠ ਹੋ ਗਿਆ ਅਗਲੇ ਕਹਿੰਦੇ ਨਾ ਉਹ ਸਾਰਾ ਕੁਝ ਵਿਰੋਧੀ ਪਾਰਟੀਆਂ ਨੇ ਕੀਤਾ ਆ ਇਹਨਾਂ ਨੇ ਜੀ ਸਹੀ ਨਹੀਂ ਕੀਤਾ ਜਿਹੜਾ ਕੁਝ ਕੀਤਾ ਵਿਰੋਧੀ ਪਾਰਟੀਆਂ ਨੇ ਲਾਲੜ ਮਰ ਜਾਣਾ ਆਪਸ ਦੇ ਵਿੱਚ ਭਈ ਇੰਨੇ ਬੰਦੇ ਸਾਡੇ ਇੰਨੇ ਬੰਦੇ ਸਾਡੇ ਬੰਦੇ ਹੈ ਕਿੰਨਾ ਦੇ ਆ ਨਾ ਵਿਰੋਧੀ ਪਾਰਟੀਆਂ ਦਾ ਲਈ ਜਾਂਦੇ ਉਹਨਾਂ ਨੂੰ ਅਜੇ ਤੱਕ ਨਹੀਂ ਪਤਾ ਲੱਗਾ ਹੋਣਾ ਕਿ ਇਸ ਚੀਜ਼ ਦਾ ਕਿ ਭਈ ਬੰਦੇ ਆ ਕਿੱਥੋਂ ਰਹੇ ਨੇ ਕਹਿੰਦੇ ਵੀ ਦੇਖੋ ਜੋ ਬਾਈਡਨ ਸਾਹਿਬ ਤੇ ਉਧਰੋਂ ਦੀ ਬਾਰਿਸ ਜੌਨਸਨ ਸਾਹਿਬ ਉਹਨਾਂ ਨੂੰ ਵੀ ਪਿੱਛੇ ਛੱਡਤਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਉਹ ਲੋਕ ਨੇ ਨਾ ਜਿਹੜੇ ਸਿਰਫ ਆਪਣੇ ਘਰ ਦਾ ਸੋਚਦੇ ਨੇ ਜਿਹੜੇ ਸਹੀ ਤਰੀਕੇ ਨਾਲ ਚੱਲਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਕੋਈ ਵਾਦੂ ਨਹੀਂ ਕਿ ਹਾਂ ਅਸੀਂ ਫੇਮ ਚਾਣਾ ਸੀ ਆਪਣਾ ਨਾਂ ਬਣਾਣਾ ਉਹਨਾਂ ਨੂੰ ਇਹ ਹੁੰਦਾ ਵੀ ਪਹਿਲਾਂ ਮੈਂ ਆਪਣੇ ਘਰ ਦਾ ਦੇਖਾਂ ਮੇਰੇ ਘਰ 'ਚ ਕੀ ਪ੍ਰੋਬਲਮ ਹੈ ਕੀ ਸਹੀ ਕਰਨਾ ਕੀ ਨਹੀਂ ਕਰਨਾ ਆਪਣੇ ਫੈਮਲੀ ਨੂੰ ਖੁਸ਼ ਰੱਖਾਂ ਫਿਰ ਮੈਂ ਅੱਗੇ ਦੇਖਾਂ ਬਿਲਕੁਲ ਅਚਾਹ ਟਰੂਡੋ ਸਾਹਿਬ ਦੀ ਨਾ ਇੱਕ ਵੀਡੀਓ ਬਾਹਰ ਆਈ ਸੀਗੀ ਉਹ ਤੁਰੇ ਜਾਂਦੇ ਸੀਗੇ ਸਟਰੀਟ ਦੇ ਉੱਤੇ ਤੇ ਆਸ-ਪਾਸ ਦੇ ਜਿਹੜੇ ਲੋਕ ਸੀ ਉਹਨਾਂ ਦੀਆਂ ਦੁੱਖ ਤਕਲੀਫਾਂ ਵੀ ਸੁ ਦੀ ਸਬਜ਼ੀਆਂ ਸਬਜ਼ੀਆਂ ਖਰੀਦਣ ਵੀ ਉਹ ਚਲੇ ਜਾਂਦੇ ਆ ਕੱਪੜੇ ਉਹਨਾਂ ਦੇ ਦੇਖ ਲਓ ਤੁਸੀਂ ਆਮ ਜਿਹੇ ਸਧਾਰਨ ਜਿਹੇ ਕੱਪੜੇ ਪਾਏ ਹੁੰਦੇ ਨੇ ਨਾਰਮਲ ਜ਼ਿੰਦਗੀ ਬੰਦੇ ਦੀ ਉੱਥੇ ਦੇ ਮਤਲਬ ਜਿਹੜੇ ਰਾਸ਼ਟਰਪਤੀ ਨੇ ਉਹ ਵੀ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ ਉਹਨਾਂ ਨੂੰ ਇਹ ਨਹੀਂ ਹੁੰਦਾ ਵੀ ਹਾਂ ਵੀ ਮੈਂ ਬਹੁਤੀ ਫੂਫਾ ਕਰਨੀ ਹੈ ਮੈਂ ਉੱਥੇ ਨਿਤ ਬੈ ਕੇ ਉਹ ਫੋਟੋਆਂ ਖਿਚਾਉਣੀਆਂ ਨੇ ਵੀ ਮੈਂ ਵੀ ਗੁਫਾ ਦੇ ਵਿੱਚ ਬੈ ਕੇ ਆਇਆ ਕਰਕੇ ਜਿਹੜੀ ਫੋਟੋ ਖਿਚਵਾ ਲਵਾਂ ਮੈਂ ਵੀ ਜਾ ਕੇ ਉਹਨਾਂ ਨੂੰ ਕੁਝ ਨਹੀਂ ਹੁੰਦਾ ਉਹ ਕਹਿੰਦੇ ਜਿਹੜੇ ਲੋਕਾਂ ਨੇ ਖਿੱਚ ਲਈ ਖਿੱਚ ਲਈ ਜਿੱਥੇ ਮੈਂ ਜਾ ਰਿਹਾ ਸੀ ਉਹ ਲੋਕ ਲੋਕ ਵੀ ਉੱਥੇ ਸਿਆਣੇ ਨੇ ਲੋਕ ਵੀ ਇੰ ਬੰਦੇ ਵਾਂਗੂ ਟ੍ਰੀਟ ਕਰਦੇ ਆ ਸਾਡੇ ਇੱਥੇ ਜਦੋਂ ਤੱਕ ਮਤਲਬ ਗੱਡੀਆਂ ਦਾ ਕਾਫਲਾ ਅੱਗੇ ਤੇ ਪਿੱਛੇ ਤੇ ਸਾਈਡਾਂ ਤੇ ਨਾ ਹੋਵੇ ਨਿਕਲਣ ਦਾ ਉਹਨਾਂ ਨੂੰ ਸਵਾਦ ਨਹੀਂ ਆਉਂਦਾ ਹੈ ਪਤਾ ਨਹੀਂ ਲੱਗਦਾ ਨਾਲ ਇੰਨੇ ਪੁਲਿਸ ਇੰਨੇ ਬੋਡੀਗਾਰਡ ਹਮੇਸ਼ਾ ਪਤਾ ਲੱਗਦਾ ਕਿ ਉਹਨੇ ਕਿਸੇ ਸੈਲੀਬ੍ਰਿਟੀ ਤੇ ਲਈ ਨਹੀਂ ਹੁੰਦੀ ਜਿੰਨੇ ਕੋਈ ਨੇਤਾ ਕੋਈ ਮੰਤਰੀ ਕਿਤੇ ਆ ਜੇ ਜਿੰਨੀ ਉਹ ਤਾਂ ਉਹਦਾ ਇੱਕ ਰੂਪ ਤੁਸੀਂ ਦੇਖਿਆ ਕਦੀ ਤੁਰੰਦਾ ਸਟਾਈਲ ਪਤਾ ਲੱਗਦਾ ਕਿ ਹਾਂ ਸਾਡੇ ਅੱਗੇ ਪਿੱਛੇ ਜਿਹੜੇ ਬੋਡੀਗਾਰਡ ਨੇ ਪੁਲਿਸ ਜਿਹੜੀ ਉਹ ਨਾਲ ਜਾ ਰਹੀ ਆ ਤੇ ਲੋਕੀ ਵੀ ਅੰਨੇ ਹੋਏ ਹੁੰਦੇ ਨੇ ਵੀ ਐਦਾਂ ਸੋਚਦੇ ਨੇ ਕਿ ਅਗਲਾ ਨਾਰਮਲ ਇਨਸਾਨ ਨਹੀਂ ਆ ਉਹਨੂੰ ਸਿਰ ਤੇ ਪ ਵਿਰੋਧ ਚ ਲੱਗ ਰਹੇ ਨੇ ਅਸਲ ਚ ਇਹ ਧਰਨੇ ਵੀ ਉਹਨਾਂ ਦੇ ਸਮਰਥਨ ਚ ਲੱਗ ਰਹੇ ਨੇ ਇਸੇ ਕਰਕੇ ਤਾਂ ਹਰਮਨ ਪਿਆਰੇ ਨੇ ਨਹੀਂ ਤਾਂ ਫਿਰ ਹਰਮਨ ਪਿਆਰੇ ਕਿਉਂ ਹੁੰਦੇ ਹੋ ਲੋਕਾਂ ਨੇ ਜਦੋਂ ਉਹਨਾਂ ਨੇ ਕਿਹਾ ਸੀ ਤਾਲੀਆਂ ਬਜਾਓ ਬਈ ਥਾਲੀਆਂ ਖੜਕਾਓ ਬਈ ਲੋਕਾਂ ਨੇ ਸਾਰਿਆਂ ਨੇ ਥਾਲੀਆਂ ਖੜਕਾਈਆਂ ਸੀ ਹੁਣ ਜਿਹੜੇ ਵਿਰੋਧ ਕਰ ਰਹੇ ਨੇ ਉਹ ਤਾਂ ਅਸੀਂ ਕਹਤਾ ਵੀ ਦੂਜੀ ਪਾਰਟੀ ਵਾਲੇ ਨੇ ਪਰ ਜਿਹੜੇ ਦੂਸਰੇ ਪਾਸੇ ਇਕੱਲੀ-ਇਕੱਲੀ ਜਗ੍ਹਾ-ਜਗ੍ਹਾ ਤੇ ਜਗ੍ਹਾ-ਜਗ੍ਹਾ ਤੇ ਬੈਠੇ ਹੋਏ ਨੇ ਉਹ ਵੀ ਲੋਕ ਦੇਖੋ ਪੁਤਲਾ ਫੂਕਿਆ ਜਾਂਦਾ ਸਾਡਾ ਉਹ ਵੀ ਮਤਲਬ ਉਹ ਵਿਰੋਧੀ ਪਾਰਟੀਆਂ ਕਰਦੀਆਂ ਸਾਰਿਆਂ ਨੂੰ ਪਿਆਰ ਕਰਦੀਆਂ ਹਨਾ ਪਿਆਰ ਕਰਨੋਂ ਛੱਡ ਗਏ ਪਿਆਰ ਚ ਪੁਤਲਾ ਫੂਕਿਆ ਪਿਆਰ ਬਸ ਇਹ ਲੋਕੀ ਸੋਚਣ ਹੁਣ ਕਿ ਪਿਆਰ ਚ ਪੁਤਲੇ ਫੂਕੇ ਜਾਂਦੇ ਆ ਪਿਆਰ ਚ ਸੜਕਾਂ ਤੇ ਬਹਿ ਕੇ ਪਿੱਟ ਸਿਆਪ ਥਨੇ ਭੋਖਣਾ ਲੋਕੀ ਮਾਰ ਰੇ ਆ ਮਹਿੰਗਾਈ ਦਿਨੋਂ ਦਿਨ ਵੱਧ ਰਹੀ ਆ ਇਕ ਕਿੰਨੇ ਸਰਵੇ ਕੀਤਾ ਸਰਵੇ ਕਿੰਨੇ ਕੀਤਾ ਬਈ ਦੇਖੋ ਤੁਸੀਂ ਦੇਖਿਆ ਹੋਣਾ ਜਿਹੜਾ ਉਹ ਇੱਕ ਬੰਦਾ ਸੀਗਾ ਜਿਹੜਾ ਸਿਲੰਡਰ ਤੇ ਰੋਟੀਆਂ ਬਣਾਈ ਜਾਂਦਾ ਸੀ ਸੜਕ ਤੇ ਬੈ ਕੇ ਸਿਰ ਤੇ ਚੁੰਨੀ ਲੈ ਕੇ ਹੈਨਾ ਉਹ ਉਹ ਵੀ ਦੂਜੀ ਪਾਰਟੀ ਦਾ ਨੇਤਾ ਸੀ ਕਿ ਨਹੀਂ ਸੀ ਆਮ ਬੰਦੇ ਨੇ ਥੋੜੀ ਕਿਸੇ ਨੇ ਆਵਾਜ਼ ਚੁੱਕੀ ਆ ਹੁਣ ਪੈਟਰੋਲ ਡੀਜ਼ਲ ਦੀ ਕੀਮਤਾਂ ਵਧਾਤੀਆਂ ਸੀ ਆਮ ਬੰਦੇ ਨੇ ਥੋੜੀ ਵਾਸ ਚੁੱਕੀ ਆ ਦੂਜੀ ਵਿਰੋਧੀ ਪਾਰਟੀਆਂ ਲੱਗੀਆਂ ਰਹੀਆਂ ਧਰਨੇ ਮੁਜ਼ਾਰੇ ਕਰਨ ਵਾਸਤੇ ਆਮ ਬੰਦਾ ਦਿਖਾਉਣਾ ਕਿੱਥੇ ਐ ਆਮ ਬੰਦਾ ਦਿਖਾਉਣਾ ਇਹ ਨਹੀਂ ਸਮਝ ਆਉਂਦੀ ਮੈਨੂੰ ਲੱਗਦਾ ਕਿ ਹੁਣ ਤੇ ਪਤਾ ਇਹ ਨਹੀਂ ਚੱਲਣਾ ਕਿ ਵਿਰੋਧੀ ਪਾਰਟੀ ਹੈ ਕਿਹੜੀ ਆ ਇਹ ਜਿੱਦੀਆਂ ਵੀ ਆਸਮਾਨ ਤੋਂ ਹੀ ਬਣੀ ਹੋਈ ਪਾਰਟੀ ਆ ਜਿਹੜੀ ਪਾਰਟੀ ਦੇ ਪਿੱਛੇ ਸਾਰੇ ਲੋਕ ਲੱਗੇ ਨੇ ਜਿਹੜੇ ਪਾਰਟੀ ਦੇ ਲੋਕੀ ਗੱਲਾਂ ਸੁਣ ਰਹੇ ਆ ਤੇ ਇਹ ਪਾਰਟੀ ਜਿਹੜੀ ਆ ਕਿ ਉਹ ਪਤਾ ਨਹੀਂ ਕੀ ਕੀ ਕਰਵਾ ਰਹੀ ਆ ਇਹ ਉਹੀ ਪਾਰਟੀ ਐ ਜਿਨ੍ਹਾਂ ਦੇ ਮੂੰਹ ਤੋਂ ਨਾ ਫੁੱਲ ਗਿਰਦੇ ਨੇ ਇਹਨਾਂ ਦੇ ਮੂੰਹ ਚੋਂ ਜ਼ਹਿਰ ਥੋੜੀ ਉਗਲਦਾ ਹੁਣ ਜਦੋਂ ਆ ਹਰਜੀਤ ਗਰੇਵਾਲ ਸਾਹਿਬ ਨੇ ਉਹਨਾਂ ਨੇ ਪੱਤਰਕਾਰ ਨੂੰ ਪੁੱਛ ਲਿਆ ਵੀ ਭਾਈ ਆਪਣੇ ਪਿਓ ਦਾ ਨਾਮ ਦੱਸੋ ਕੀ ਐ ਠੀਕ ਐ ਉਹ ਤੁਸੀਂ ਆਪਣੇ ਪਿਓ ਦੇ ਹੋ ਕਿ ਨਹੀਂ ਇਹ ਦੱਸੋ ਸਾਨੂੰ ਇਹ ਸ਼ਬਦਾਵਲੀ ਜਿਹੜੀ ਵਰਤੀ ਫੁੱਲੇ ਵਰਸ ਰਹੇ ਸੀ ਇਹ ਇਹਨਾਂ ਦੀ ਸ਼ਬਦ ਮੂੰਹ ਤੋਂ ਜਿਹੜੇ ਕਹਿ ਦਿੰਦੇ ਨੇ ਨੀਤੀਵੀ ਆ ਕਿਸਾਨ ਥੋੜੀ ਐ ਇਹ ਤਾਂ ਬੈਠੇ ਨਾਲ ਦੇ ਨਾਲ ਫੋਨ ਸਿਰਫ ਸੁਣਾਣਾ ਹੀ ਸਟਾਰਟ ਕੀਤਾ ਸੀ ਕਿ ਤੁਸੀਂ ਆਪਣੇ ਸ਼ਬਦਾਵਲੀ ਤੇ ਧਿਆਨ ਦਿਓ ਤੁਸੀਂ ਆਪਣੀ ਮਰਿਆਦਾ ਭੁੱਲ ਰਹੇ ਹੋ ਨਾਲ ਦੇ ਨੂੰ ਪਤਾ ਲੱਗਾ ਬਈ ਹੁਣ ਤੇ ਮੈਂ ਕਰ ਗਿਆ ਕਚਰਾ ਨੇ ਪੁੱਛਿਆ ਕੀ ਸੀ ਅਗਲੀ ਨੇ ਅਗਲੀ ਨੇ ਕਿਹਾ ਸੀ ਵੀ ਤੁਸੀਂ ਕਿਸਾਨਾਂ ਨੂੰ ਆਤਕਵਾਦੀ ਕਹਿੰਦੇ ਹੋ ਤੁਸੀਂ ਕਹਿ ਰਹੇ ਹੋ ਇਹ ਟੈਰਰਿਸਟ ਨੇ ਜੀ ਕਹਿੰਦੇ ਤੁਸੀਂ ਤਾਂ ਹੀ ਕਹਿੰਦੇ ਹੋ ਨਾ ਵੀ ਤੁਹਾਡੇ ਕੋਲ ਸਬੂਤ ਹੈਗਾ ਉਹ ਸਬੂਤਾਂ ਦੇ ਆਧਾਰ ਦੇ ਉੱਤੇ ਤੁਸੀਂ ਉਹਨਾਂ ਤੇ ਕਾਰਵਾਈ ਕਰਵਾ ਦਿਓ ਹਾਈ ਕੋਰਟ ਦੇ ਵਿੱਚ ਪਰਚਾ ਮਤਲਬ ਹਾਈ ਕੋਰਟ ਦੇ ਵਿੱਚ ਤੁਸੀਂ ਪਟੀਸ਼ਨ ਪਾਓ ਹਾਈ ਕੋਰਟ ਤੋਂ ਤੁਸੀਂ ਮਤਲਬ ਮਦਦ ਲਓ ਹਾਈ ਕੋਰਟ ਦੀ ਆਪਣੇ ਸਬੂਤ ਦਿਖਾਓ ਉੱਥੇ ਤੇ ਇਹਨਾਂ ਤੇ ਪਾਉਗੇ ਸਾਰਿਆਂ ਦੇ ਉੱਤੇ ਉੱਥੇ ਉਹਨਾਂ ਨੂੰ ਜਵਾਬ ਨਹੀਂ ਆਇਆ ਤੇ ਸਬੂਤਾ 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 ਕਰਦੇ ਕਰਦੇ ਪਤਾ ਨਹੀਂ ਕੀ ਕੁਝ ਬੋਲੀ ਗਏ ਉੱਥੇ ਮਤਲਬ ਇਹ ਉਹ ਪਾਰਟੀ ਹੈ ਜਿਨ੍ਹਾਂ ਦੇ ਮੂੰਹ ਤੋਂ ਫੁੱਲ ਗਿਰਦੇ ਨੇ ਇਹ ਉਹ ਪਾਰਟੀ ਹੈ ਜਿਨ੍ਹਾਂ ਚ ਹਲੀਮੀ ਬਹੁਤ ਜ਼ਿਆਦਾ ਹੈ ਇਹ ਉਹ ਪਾਰਟੀ ਹੈ ਜਿਹੜੀ ਗਾਲਾਂ ਨਹੀਂ ਕੱ ਬਿਲਕੁਲ ਇਹ ਉਹ ਪਾਰਟੀ ਹੈ ਜਿਹੜੀ ਕਿਸਾਨਾਂ ਨੂੰ ਖੁਸ਼ ਰੱਖਦੀ ਹੈ ਇਹ ਉਹ ਪਾਰਟੀ ਹੈ ਜਿਹੜੀ ਹਰ ਇੱਕ ਵਰਗ ਨੂੰ ਖੁਸ਼ ਰੱਖਦੀ ਹੈ ਇਹ ਉਹ ਪਾਰਟੀ ਹੈ ਜਿਹੜੀ ਨਿੱਤ ਸੈਲਰੀਆਂ ਵਧਾ ਦਿੰਦੀ ਹੈ ਨਾ ਨਾ ਕਰੋ ਇੰਨੀ ਤਾਰੀਫ ਨਾ ਕਰੋ ਹਜਮ ਨਹੀਂ ਹੋਣੀ ਆਡੀਅנס ਨੂੰ ਦੱਸਣਾ ਵੀ ਤਾਂ ਹੈ ਨਾ ਵੀ ਹਰਮੰਗਾਰੇ ਨਾ 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 ਇੰਨੀ ਵੀ ਨਹੀਂ ਕਰਨੀ ਬਈ ਹਜਮ ਵੀ ਤਾਂ ਹੋਣਾ ਚਾਹੀਦਾ ਨਾਲ ਦੇ ਨਾਲ ਚੀਜ਼ ਉਹਨਾਂ ਨੂੰ ਇਹ ਜਿਆਦਾ ਤੁਸੀਂ ਐ ਕਰੋ ਸ਼ੋਅ ਤੋਂ ਬਾਅਦ ਨਾ ਇੱਕ ਹਜਮੋਲਾ ਦੀ ਗੋਲੀ ਆਂਦੀ ਹੁੰਦੀ ਆ ਉਹ ਖਾ ਲਿਓ ਸ਼ਾਇਦ ਹਜਮ ਹੋ ਜਾਵੇ